ਮੁਕਤਸਰ ਸਾਹਿਬ ਮੰਡੀ ਤੇ ਆਪਾਂ ਪਹੁੰਚੇ ਆ ਤੇ ਹੁਣ ਤੱਕ ਦੀ ਮੇਰੇ ਖਿਆਲ ਦੇ ਵਿੱਚ ਸਭ ਤੋਂ ਉੱਚੀ ਘੋੜੀ ਹਜੇ ਤੱਕ ਅਸੀਂ ਮੰਡੀ ਤੇ ਨਹੀਂ ਦੇਖੀ ਤੇ ਬਹੁਤ ਹੀ ਸ਼ਾਨਦਾਰ ਘੋੜੀ ਆ ਤੇ ਇਹਦੇ ਤੇ ਜ਼ਿਆਦਾ ਜਾਣਕਾਰੀ ਇਹਨਾਂ ਦੇ ਮਾਲਕਾਂ ਤੋਂ ਲੈਨੇ ਆ ਤੇ ਆਓ ਵੀਰ ਜੀ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਤੁਸੀਂ ਸੁਣਾਓ। ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਆਪਣਾ ਪਿੰਡ ਵੀਰ ਜੀ ਹਰੀਕੇ ਕਲਾਂ। ਹਰੀਕੇ ਕਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਠੀਕ ਹੈ, ਨਾਮ ਆਪਣਾ ਦੱਸ ਦਿਓ ਜੀ। ਮੇਰਾ ਨਾਮ ਰਵੀ ਹੈ ਜੀ। ਹਾਂਜੀ, ਤੁਹਾਡਾ ਨਾਮ ਵੀਰ ਜੀ? ਮੇਰਾ ਨਾਮ ਸ਼ਰਨ ਹੈ ਜੀ। ਹਾਂਜੀ ਵੀਰ ਜੀ, ਆਪਣਾ ਨਾਮ? ਸੋਨੀ ਬਰਾੜ ਜੀ। ਸੋਨੀ ਬਰਾੜ। ਵੀਰ ਜੀ ਹੁਣ ਤੱਕ ਆਪਾਂ ਮੇਲੇ 'ਤੇ ਘੁੰਮ ਚੁੱਕੇ ਹਾਂ ਅਤੇ ਸਭ ਤੋਂ ਉੱਚੀ ਘੋੜੀ ਸਾਨੂੰ ਲੱਗ ਰਹੀ ਨਜ਼ਰ ਆ ਰਹੀ ਹੈ ਜੀ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਘੋੜੀ ਦੇ ਇਹਦੇ ਬਾਰੇ ਵਿੱਚ? ਇਹ ਬਾਈ ਜੀ ਹਜੇ 2 ਦੰਦ ਲੱਗੀ ਆ। ਹਾਂਜੀ, ਅਤੇ ਪੂਰੀ 70 ਇੰਚ ਹਾਈਟ ਆ ਜੀ, ਬਾਕੀ ਤੁਸੀਂ ਮੇਲਾ ਦੇਖ ਹੀ ਲਿਆ। ਹਾਂਜੀ, 70 ਇੰਚ ਬਹੁਤ ਜ਼ਿਆਦਾ ਹੁੰਦੀ ਹੈ ਜੀ, ਅੱਜ ਸਟਾਲੀਅਨ ਦੀ ਵੀ ਇਤੀ ਤੱਕ ਹਜੇ ਤੱਕ ਨਹੀਂ ਪਹੁੰਚਦੀ ਹੁੰਦੀ। ਇਸ ਉਮਰ 'ਚ ਅੱਜ ਤਾਈਂ ਤਾਂ ਕੋਈ ਐਡੀ ਬੱਚੀ ਬਣੀ ਨਹੀਂ ਜੀ ਇਸ ਉਮਰ 'ਚ। ਹਾਂ, ਇਸ ਉਮਰ ਕੱਲ੍ਹ ਦਾ ਕੋਈ ਪਤਾ? ਹਾਂਜੀ, ਕੱਲ੍ਹ ਦੀ ਉਮਰ ਦਾ ਕੋਈ ਪਤਾ ਨਹੀਂ ਹੁੰਦਾ। ਅਤੇ ਇਹਦੀ ਲਾਈਨ ਬਾਰੇ ਦੱਸੋ ਜੀ, ਕੀ ਕਿਹੜੀ ਇਹਦੀ ਲਾਈਨ? ਤਾਂ ਮਿੰਟੂ ਵਾਲੀ ਆ ਗਈ ਬਾਈ ਜੀ। ਅੱਛਾ ਜੀ। ਹਾਂ, ਇਹਦੀ ਮਾਂ ਮਿੰਟੂ ਵਾਲੇ ਵੱਡੇ ਘੋੜੇ ਦੀ ਬੱਚੀ ਆ ਜੀ, ਆਪ ਇਹ ਸਿੰਧਬਾਜ਼ ਘੋੜੇ ਦੀ ਹੈ ਜੀ। ਸਿੰਧਬਾਜ਼ ਘੋੜੇ ਦੀ, ਠੀਕ ਹੈ। ਅਤੇ ਇਹਦੀ ਕਿੰਨੀ ਉਮਰ ਤੁਸੀਂ ਦੱਸੀ ਜੀ? ਇਹਦੀ ਉਮਰ ਹੋ ਗਈ 37। 37, 37 ਮਹੀਨਿਆਂ ਦੀ। ਠੀਕ ਹੈ ਜੀ। ਅਤੇ ਘੋੜੀ ਤੁਸੀਂ ਆਪ ਘਰ ਪਾਲੀ ਸੀ? ਨਹੀਂ, ਬੱਚੀ ਲਈ ਸੀ ਆਪਾਂ 4 ਕੁ ਮਹੀਨਿਆਂ ਦੀ ਜੀ। ਅੱਛਾ, ਹਾਂਜੀ, ਠੀਕ ਹੈ ਜੀ। ਅਤੇ ਕਿਹੜੀ ਜਗ੍ਹਾ ਤੋਂ ਲਈ ਸੀ? ਇਹ ਫਿਰੋਜ਼ਪੁਰ ਆ ਜੀ। ਠੀਕ ਹੈ, ਹਾਂਜੀ, ਖਾਸ ਹੀ। ਅੱਛਾ ਅੱਛਾ, ਅਤੇ ਕਿਵੇਂ ਦਾ ਲੱਗਦਾ ਜਿਵੇਂ ਮਾਹੌਲ ਦੇ ਵਿੱਚ? ਕਿਵੇਂ? ਬੜੀ ਖੁਸ਼ੀ ਹੁੰਦੀ ਹੈ ਜੀ, ਜਿਵੇਂ ਖਿੱਚ ਦਾ ਕੇਂਦਰ ਬਣੀ ਹੁੰਦੀ ਹੈ ਘੋੜੀ, ਹੈ ਨਾ ਜੀ? ਬਿਲਕੁਲ। ਹਾਂਜੀ, ਐਡਾ ਜਾਨਵਰ ਅਕਸਰ ਮਹਾਰਾਜ ਹੀ ਦਿੰਦਾ ਜੀ, ਆਪਾਂ ਆਪ ਤਾਂ ਲੈ ਨਹੀਂ ਸਕਦੇ। ਉਹ ਇੱਦਾਂ ਹੁੰਦਾ ਨਾ ਜਿਵੇਂ ਹੁਣ ਹਰੇਕ ਘੋੜੀ ਐਡਾ ਬੱਚਾ ਨਹੀਂ ਜਨਮਦੀ। ਹਾਂਜੀ, ਹਾਂਜੀ, ਹੈ ਨਾ? ਅਤੇ ਕੋਈ ਵੀ ਇਹ ਫਰਿਸ਼ਤੇ ਵਾਂਗੂ ਹੀ ਪੈਦਾ ਹੁੰਦੀ ਹੈ, ਕੋਈ ਨਾ ਮਾਂ ਨਹੀਂ ਹਰਿਆਰੀ ਉਹੋ ਜਿਹਾ ਜੰਮਦੀ ਜੀ। ਹਾਂ, ਉਹੀ ਗੱਲ ਹੈ ਜੀ ਨਾ, ਇਹ ਤਾਂ ਫਰਿਸ਼ਤੇ ਵਾਂਗੂ ਕੁਦਰਤੀ ਪਰਮਾਤਮਾ ਵੱਲੋਂ ਹੀ ਆਉਂਦਾ। ਹਾਂ, ਇਹ ਗੋਡ ਗਿਫਟ ਹੀ ਹੁੰਦਾ ਜੀ। ਗੋਡ ਗਿਫਟ ਜੀ, ਬਿਲਕੁਲ ਗੋਡ ਗਿਫਟ। ਇਹ ਫਿਰ ਤੁਸੀਂ ਹੁਣ ਆਪਣੇ ਇਹਦਾ ਸੇਲ ਸੂਲ ਕਰਨ ਦਾ ਕੋਈ ਇਰਾਦਾ? ਨਾ ਜੀ, ਨਾ, ਬਿਲਕੁਲ ਨਹੀਂ। ਇਹ ਮਤਲਬ ਆਪਾਂ ਆਪਣੇ ਫਾਰਮ 'ਤੇ ਹੀ ਰੱਖਾਂਗੇ? ਫਾਰਮ 'ਤੇ ਜੀ, ਬਿਲਕੁਲ। ਠੀਕ ਹੈ, ਅਤੇ ਹੋਰ ਵੀ ਘੋੜੇ ਘੋੜੀਆਂ ਰੱਖੀਆਂ? ਬਿਲਕੁਲ ਹੈ ਜੀ। ਠੀਕ ਹੈ ਜੀ, ਉਹਨਾਂ ਬਾਰੇ? ਉਹ ਹਜੇ ਬਸ ਰਹਿੰਦੇ ਆ, 10-12 ਜਾਨਵਰ ਤਾਂ ਐਟ ਏ ਟਾਈਮ ਰਹਿੰਦੇ ਆ ਜੀ। ਠੀਕ ਹੈ, ਬਿਲਕੁਲ, ਸਦਾ ਰਹਿੰਦੇ ਆਪਣੇ ਫਾਰਮ 'ਤੇ ਜੀ। ਅਤੇ ਹੋਰ ਸਟਾਲੀਅਨ ਵੀ ਆਉਣੇ ਨੇ ਆਪਣੇ? ਹਾਂਜੀ, ਹਾਂਜੀ, ਆ ਰਹੇ ਨੇ। ਹਾਂਜੀ, ਆਪਣੇ ਫਰੈਂਡ ਦਾ ਸਮੁੰਦਰ ਘੋੜਾ ਜੀ, ਆਪਣੇ ਖਾਸ ਫਰੈਂਡ ਦਾ, ਉਹ ਵੀ ਆ ਰਿਹਾ ਜੀ। ਠੀਕ ਹੈ, ਠੀਕ ਹੈ। ਹਾਂਜੀ, ਕੀ ਫੀਸ ਰੱਖੀ? ਇਹ ਬੱਚੀ ਹੈ ਜੀ। ਬੱਚੀ ਹੈ ਜੀ, ਘੋੜੀ, ਘੋੜੀ ਹੈ ਜੀ, ਵਛੇਰੀ ਹੈ ਜੀ। ਇਹ ਤਾਂ ਵਛੇਰੀ ਹੈ। ਅਤੇ ਅਸੀਂ ਵੀ ਜਦੋਂ ਦੇਖਿਆ ਨਾ ਤਾਂ ਸਾਨੂੰ ਲੱਗਿਆ ਵੀ ਕਿਤੇ ਘੋੜਾ ਖੜਾ ਸਟਾਲੀਅਨ, ਹੈ ਨਾ, ਬੜਾ ਤਗੜਾ। ਅਤੇ ਜਦੋਂ ਅਸੀਂ ਦੇਖਿਆ ਵੀ ਤਾਂ ਘੋੜੀ ਘੋੜੀ ਏਡੀ ਕੱਦ 'ਚ ਤਕਰੀਬਨ ਨਹੀਂ ਮਿਲਦੀਆਂ। ਨਹੀਂ ਮਿਲਦੀਆਂ ਜੀ, ਨਹੀਂ ਮਿਲਦੀਆਂ। ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ। ਹਾਂਜੀ, ਹਾਂ, ਨਹੀਂ ਦੂਜੇ ਪਾਸੇ ਵੇਖਦਾ ਹੀ ਨਹੀਂ ਹੈਗਾ ਮੇਰਾ 5-8। ਤੇ ਜਿਵੇਂ ਇਹਦੇ ਪੈਰਾਂ ਤੋਂ ਜਿਵੇਂ ਹੱਥ ਪੈਰ ਕਿੰਨੇ ਖੁੱਲੇ ਨੇ, ਪੂਰਾ ਬੋਡੀ ਸਟ੍ਰਕਚਰ। ਹਾਂਜੀ, ਹਾਂਜੀ, ਠੀਕ ਹੈ ਬਾਈ। ਆਪਣਾ ਕੰਟੈਕਟ ਨੰਬਰ ਦੱਸੋ ਜੀ। ਕੰਟੈਕਟ ਨੰਬਰ ਮੇਰਾ ਹੈਗਾ ਜੀ 84277-1203। 1203,